सुशील कुमार सैनी उर्फ बब्बल पहलवान की धर्मपत्नी अंजू सैनी अपनी सांसारिक यात्रा पूर्ण कर प्रभु चरणों में जा विराजी हैं। उनकी आत्मिक शांति हेतु रस्म क्रिया महालक्ष्मी मंदिर जेल रोड जालंधर में संपन्न हुई। इस मौके पर पंडित गुलशन शर्मा ने श्री गरुड़ पुराण जी के पाठ का भोग डालकर स्वर्गीय अंजू सैनी की आत्मिक शांति हेतु प्रार्थना की। इस अवसर पर सांसद सुशील रिंकू, विधायक बाबा हेनरी, पूर्व मेयर जगदीश राज राजा, पूर्व CPS KD भंडारी, पूर्व पार्षद दविंदर सिंह रोनी, सिमरोनी कौर, जिम्मी कालिया, राजेश बागा, चंदन गरेवाल, विपन सब्रवाल सहित धार्मिक, सामाजिक, राजनीतिक और व्यापारिक वर्ग से जुड़े लोगों ने स्वर्गीय श्रीमती अंजू सैनी को श्रद्धांजलि भेंट की। केड़ा माना भक्त गया, पंजाबी विच कहंदे केड़ी नजर लग गई। हुणी हाले गल करदे सी पंडित जी मलहोत्रा बंटी जी, बैना उठना बड़ा एक प्यार ਫੀਡਬੈਕ ਦੇ ਦੇ ਸੀ। ਸੈਨੀ ਸਾਹਿਬ, ਇੱਕ ਜ਼ਿੰਦਗੀ ਦੀ ਗੱਲ ਯਾਦ ਰੱਖਣਾ, ਇਹ ਭਜਨ ਭੁਜਨ ਬੋਲਣੀ ਹੀ ਮਾਮੂਲੀ ਗੱਲ ਹੈ, ਇਹ ਜਨਾਨੀਆਂ ਵੀ ਭੁੱਲ ਲੈਂਦੀਆਂ। ਇੱਕ ਗਰੜ ਪੁਰਾਣ ਦੀ ਕਥਾ, ਮਲਹੋਤਰਾ ਸਾਹਿਬ ਬੜੇ ਗਿਆਨਵਾਨ ਹੈ, ਬੇਟਾ ਦੇਖੋ ਕਨੇਡਾ ਦੇ ਵਿੱਚ ਅਗਰ ਤਰੱਕੀ ਯਸ਼ ਕੀਰਤੀ ਪੁੱਤਰ ਤੋਂ ਪ੍ਰਾਪਤ ਕੀਤੀ ਹੈ ਨਾ, ਪਿਤਾ ਦੇ ਸਿਰ ਤੇ ਨਹੀਂ। ਇਹ ਗਰੜ ਪੁਰਾਣ ਕਹਿੰਦਾ ਪਿਤਾ ਦਾ ਹੱਕ 10 ਗੁਣਾ ਹੈ, ਇਹ ਮਾਂ ਦਾ ਹੱਕ ਬੇਟੀ ਦੀ 100 ਗੁਣਾ ਹੈ। ਮਾਂ ਦੇ ਇੱਕ ਇੱਕ ਦੋਧੇ ਕਤਰੇ ਦਾ ਤ੍ਰਿਣ ਜਿਹੜਾ ਬੇਟਾ, ਉਹ ਵੀ 7 ਜਨਮਾਂ ਦੇ ਵਿੱਚ ਉਹ ਤਰ ਨਹੀਂ ਸਕਦਾ। ਅੱਜ ਉਹ ਤੈਨੂੰ ਯਸ਼ ਕਿਹੜਾ ਪ੍ਰਾਪਤ ਹੋ ਗਿਆ। ਸੋਨੇ ਦਾ ਮਾਂ ਸੋਨੇ ਦਾ ਜਾਗੇ ਦਾ ਭਗਤੀ ਹੈ ਤੇ ਮਾਂ ਚ ਹੀ ਸ਼ਕਤੀ ਹੈ, ਮਾਂ ਸੇ ਵਿਸ਼ਵਾਸ ਹੈ, ਮਾਂ ਸੇ ਹੀ ਪ੍ਰਕਾਸ਼ ਹੈ। ਗੰਗਾ ਜਲ ਜੈਸਾ ਕੋਈ ਜਲ ਨਹੀਂ ਔਰ ਮਾਂ ਜੈਸਾ ਕਿਸੇ ਕੇ ਪਾਸ ਦਿਲ ਨਹੀਂ ਹੈ। ਬੱਚਿਆਂ ਨੂੰ ਉਮਰ ਕੌਣ ਦਿੰਦੀ ਹੈ? ਮਾਂ ਦਿੰਦੀ ਹੈ। ਪਿਤਾ ਉਮਰ ਨਹੀਂ ਦਿੰਦਾ, ਪਿਤਾ ਦੇ ਕਹਿੰਦਾ ਬੱਚਾ ਮੇਰਾ ਅੱਗੇ ਵਧੇ। ਮਾਂ ਬੱਚਿਆਂ ਨੂੰ ਆਪਣੀ ਉਮਰ ਦਿੰਦੀ ਕਿਸ ਤਰ੍ਹਾਂ ਦਿੰਦੀ ਹੈ? ਜਦੋਂ ਬੱਚਾ ਛੋਟਾ ਹੁੰਦਾ ਰਿੜਦਾ ਹੈ ਤੇ ਮਾਂ ਦੇ ਆ ਕੇ ਗਲੇ ਲੱਗਦਾ, ਤੇ ਮਾਂ ਕੀ ਕਹਿੰਦੀ? ਜਾਂ ਤੈਨੂੰ ਮੇਰੀ ਵੀ ਉਮਰ ਲੱਗ ਜਾਏ। ਅੱਜ ਬੱਚਿਆਂ ਕੋਲ ਪੁੱਛ ਕੇ ਦੇਖੋ।